ਇਸ ਜੀਵ ਦੇ ਮੱਥੇ ਉੱਤੇ ਦੇਖ ਲਿਖੀ ਐਸੀ ਕੁਦਰਤ ਸੱਚੇ ਪਾਤਸ਼ਾਹ ਦੀ ਕੀਤੀ ਹੈ ਭਾਵ ਪਹਿਲਾਂ ਇਸ ਜੀਵ ਨੂੰ ਬਣਾਇਆ ਤੇ ਫਿਰ ਉਹਦੇ ਮੱਥੇ ਸਤਿਗੁਰ ਕਹਿੰਦੇ ਮੌਤ ਸਭ ਤੇ ਆਉਣੀ ਹੈ ਤਕਰੀਬਨ ਪਤਾ ਵੀ ਸਭ ਨੂੰ ਹੈ ਤੇ ਗੁਰੂ ਨਾਨਕ ਪਾਤਸ਼ਾਹ ਬਖਸ਼ੀ ਕਰਦੇ ਨੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਹਨ ਤੇ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਬੈਠੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਭਾਈ ਬਾਲਾ ਜੀ ਤੁਸੀਂ ਮੌਤ ਨੂੰ ਕਿਤਨਾ ਤਕਰੀਬ ਸਮਝਦੇ ਹੋ ਪਾਤਸ਼ਾਹ ਜੀ ਮੁਸਕਰਾ ਕੇ ਨਾਲ ਬੈਠੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਮੌਤ ਨੂੰ ਕਿਤਨਾ ਤਕਰੀਬ ਸਮਝਦੇ ਹੋ ਤੇ ਭਾਈ ਮਰਦਾਨਾ ਜੀ ਦੇ ਵੀ ਇਹੀ ਬਚਨ ਕਹਿੰਦੇ ਸਤਿਗੁਰ ਪਾਤਸ਼ਾਹ ਜੀ ਇੱਕ ਘੜੀ ਵੇਖੀ ਹੈ ਤੇ ਦੂਜੀ ਦੀ ਕੋਈ ਆਸ ਨਹੀਂ ਤੇ ਸਤਿਗੁਰ ਜੀ ਨੇ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੌਤ ਨਾ ਜਾਣਾ ਕਹਿੰਦੇ ਤੁਸੀਂ ਮੌਤ ਨੂੰ ਇਤਨਾ ਦੂਰ ਸਮਝੀ ਬੈਠੇ ਹੋ ਤੇ ਸਤਿਗੁਰ ਕੀ ਸਮਝਾਉਂਦੇ ਹਨ ਕਹਿੰਦੇ ਇੱਕ ਸਾਹ ਅੰਦਰ ਗਿਆ ਨਾ ਤੇ ਦੂਜੇ ਸਾਹ ਦੀ ਆਸ ਨਾ ਰੱਖ ਨਾਨਕ ਬਿਨ ਵੈਤ ਸਹਿ ਸਰੇ ਕੋ ਜਾ ਕੇ ਜੀ ਪੁਰਾਣਾ ਪਰ ਸਤਿਗੁਰ ਕਹਿੰਦੇ ਅੰਧੇ ਜੀਵ ਨਾ ਵਿਚਾਰ ਦੇਖ ਕਿਤੇ ਕੀ ਕਹਿੰਦੇ ਜਿਸ ਮੋਹ ਵਿੱਚ ਫਸ ਕੇ ਉਸ ਪ੍ਰਭੂ ਨੂੰ ਭੁੱਲੀ ਬੈਠਾ ਨਾ ਅੰਤ ਸਮੇਂ ਜਿਨ੍ਹਾਂ ਕਰਕੇ ਤੂੰ ਉਸ ਪਰਮਾਤਮਾ ਨੂੰ ਛੱਡੀ ਬੈਠਾ ਨਾ ਅੰਤ ਸਮੇਂ ਇਹ ਵੀ ਤੇਰੇ ਨਾਲ ਦੇ ਗੁਰਦੁਆਰੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਕੁਟੰਬ ਦਾ ਮੀਨ ਭਾਵ ਪਰਿਵਾਰ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲ ਕਹਿੰਦੇ ਜਿਨ੍ਹਾਂ ਕਰਕੇ ਉਸ ਪਰਮਾਤਮਾ ਨੂੰ ਵਿਸਾਰੀ ਬੈਠਾ ਨਾ ਅੰਤ ਸਮੇਂ ਤੇਰੇ ਨਾਲ ਨਿਭਣ ਵਾਲੇ ਪਰ ਸਤਿਗੁਰ ਪਾਤਸ਼ਾਹ ਜੀ ਇਹ ਵੀ ਨਹੀਂ ਕਹਿੰਦੇ ਕਿ ਤੂੰ ਆਪਣਾ ਗ੍ਰਹਿਸਥ ਜੀਵਨ ਆਪਣੇ ਬੱਚਿਆਂ ਨੂੰ ਛੱਡ ਕੇ ਮੇਰੀ ਭਗਤੀ ਵਿੱਚ ਆ ਸਤਿਗੁਰ ਕਹਿੰਦੇ ਆਪਣੇ ਗ੍ਰਹਿਸਥ ਜੀਵਨ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਚ ਵਸਾ ਤੇ ਤੇਰੀ ਅਵਸਥਾ ਪਤਾ ਕੈਸੀ ਹੋ ਜਾਵੇ ਏਕ ਘੜੀ ਆਦੀ ਹੁੰਦੇ ਆਦ ਭਗਤਨ ਸਿੱਧੀ ਗੋਸ਼ਟੀ ਜੋ ਕੀ ਸੁਣਦਾ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਇੱਕ ਛਿੰਨ ਮਾਤਰ ਵੀ ਉਹ ਪ੍ਰਭੂ ਦੀ ਬੰਦਗੀ ਨੂੰ ਆਪਣੇ ਦੇ ਹਿਰਦੇ ਚ ਵਸਾ ਲਿਆ ਨਾ ਅੰਤ ਸਮੇਂ ਧਰਮਰਾਜ ਦਰ ਤੇ ਐਸੇ ਗੁਰਮੁਖ ਨੂੰ ਤੂੰ ਕਰਕੇ ਸੰਬੋਧਨ ਨਹੀਂ ਕੀਤਾ ਜਾਂਦਾ ਰੇ ਰੇ ਦਰਗਾਹ ਕਹੇ ਨਾ ਕੋ ਕਿੰਨਾ ਨਾ ਜਿੰਨਾ ਸਾਸ ਗਿਲਾਸ ਨਾ ਵਿਸਰੈ ਚਲਾ ਇਸ ਸੰਸਾਰ ਵਿੱਚ ਗੁਰਮੁਖ ਨੇ ਵੀ ਜਾਣਾ ਹੈ ਤੇ ਮਨਮੁਖ ਨੇ ਵੀ ਸਤਿਗੁਰ ਕਹਿੰਦੇ ਇਸ ਸੰਸਾਰ ਵਿੱਚ ਰਹਿਣਾ ਗੁਰਮੁਖ ਨੇ ਵੀ ਨਹੀਂ ਮਨਮੁਖ ਨੇ ਪਰ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਆ ਕੇ ਇਸ ਸੰਸਾਰ ਵਿੱਚ ਆ ਕੇ ਉਸ ਪ੍ਰਭੂ ਦੀ ਬੰਦਗੀ ਨੂੰ ਆਪਣੇ ਤੇ ਹਿਰਦੇ ਚ ਵਸਾਇਆ ਸਾਸ ਗਿਲਾਸ ਨਾ ਵਿਸਰੈ ਸਤਿਗੁਰ ਕੀ ਧਰਮਰਾਜ ਦਰ ਤੇ ਐਸੇ ਗੁਰਮੁਖ ਪਿਆਰੇ ਨੂੰ ਤੂੰ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਿ ਸ਼ੁਭ ਭਾਵ ਧਰਮਰਾਜ ਵੀ ਆਪਣੇ ਸਿੰਘਾਸਨ ਤੋਂ ਖੜਾ ਹੋ ਕੇ ਐਸੇ ਗੁਰਮੁਖ ਪਿਆਰੇ ਦੇ ਸਤਿਕਾਰ ਵਿੱਚ ਨਿਵਾਜਦਾ ਭਾਵ ਤੁਸੀਂ ਇਸ ਸੰਸਾਰ ਵਿੱਚ ਰਹਿ ਕੇ ਆਪ ਭਗਤੀ ਕੀਤੀ ਤੇ ਹੋਰਾਂ ਨੂੰ ਨਾਲ ਜੋੜਿਆ ਤੇ ਸਤਿਗੁਰ ਜਮਨ ਸਿੰਘ ਜੀ ਨੂੰ ਜਿਤਨੇ ਸਵਾਸਾਂ ਦੀ ਪੂੰਜੀ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਸੰਸਾਰ ਦੀ ਯਾਤਰਾ ਭੋਗਦੇ ਹੋਇਆ ਇਸ ਮਾਤਰੂ ਨੂੰ ਗਿਆਨਾ ਕਰਦੇ ਸੰਤਾਂ ਨੂੰ ਆਪਣੇ ਪਾਸ ਇਕੱਤਰ ਕੀਤਾ ਆਪਣਾ ਵਹਿ ਪਰਿਵਾਰ ਸਦਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੁਕਮਾਂ ਅਨੁਸਾਰ ਸਾਡਾ ਉਹ ਕਾਰਜ ਸੰਪੂਰਨ ਹੋ ਗਿਆ ਕਹਿੰਦੇ ਜਦੋਂ ਅਸੀਂ ਇਸ ਸੰਸਾਰ ਵਿੱਚ ਜਾਣਾ ਹੈ ਤੇ ਸਾਡੇ ਜਾਣਾ ਤੁਸੀਂ ਕਿਸੇ ਨੇ ਰੋਣਾ ਗੁਰਲਾਣਾ ਨਹੀਂ ਕਰਨਾ ਪਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਸਤਿਗੁਰ ਕਹਿੰਦੇ ਸਾਡੇ ਜਾਣ ਪਿੱਛੋਂ ਕਿਸੇ ਨੇ ਰੋਣਾ ਗੁਰਲਾਣਾ ਨਹੀਂ ਕਰਨਾ ਕਿਉਂਕਿ ਜਿਹੜਾ ਇਨਸਾਨ ਸਾਡੇ ਜਾਣ ਪਿੱਛੋਂ ਰੋਏਗਾ ਨਾ ਉਹ ਸਾਨੂੰ ਉੱਕਾ ਵੀ ਚੰਗਾ ਨਹੀਂ ਲੱਗਣ ਲੱਗਾ ਤੇ ਸਤ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਤਿਗੁਰ ਜੀ ਆਪ ਜੀ ਦੇ ਚਰਨਾਂ ਨਾਲ ਪ੍ਰੀਤ ਹੈ ਆਪ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਣਾ ਤੇ ਸਤਿਗੁਰ ਕੀ ਸਾਨੂੰ ਕਲਯੁਗ ਜੀਵਾਂ ਨੂੰ ਸਮਝਾ ਰਹੇ ਹਨ
ਕਹਿੰਦੇ ਅੰਤੈ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਪੰਛੀ ਕਿਰਸਾਨਾ ਵਸੇ
Oh,
ਸੰਗਤਾਂ ਦਾ ਚੱਲਿਆ ਚੱਲਿਆ ਕਦਮ ਲੇਖੇ ਲਾਉਣਾ ਤਿਲ ਫੁੱਲ ਲੇਖੇ ਲਾਉਣਾ ਨਗਰ ਖੜੇ ਵਿੱਚ ਮਾਲ ਮਨੁੱਖੀ ਜੀਆਂ ਦਾ ਭਲਾ ਕਰਨਾ ਇਸ ਟਾਈਮ ਪਰਿਵਾਰ ਦੀ ਕਿਰਤ ਕਮਾਈ ਚੋਂ ਵੈਗਾਂ ਤਿਆਰ ਹੋ ਕੇ ਦਰਬਾਰ ਪਹੁੰਚੀਆਂ ਹਨ ਆਪ ਨੂੰ ਭੁੱਖ ਲੱਗੇ ਭੁੱਖ ਲੱਗਿਆ ਸੀ ਪ੍ਰਸ਼ਾਦ ਦੀ ਸਤਸੰਗ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਕਿਰਪਾ ਕਰਨੀ ਪੜ੍ਹੀ ਸੁਣੀ ਗੁਰਬਾਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਅਤੇ ਆਈਆਂ ਸਿੱਖ ਸੰਗਤਾਂ ਅਤੇ ਪਰਿਵਾਰ ਦੇ ਹਿਰਦਿਆਂ ਸੁਣੀ ਆਪ ਪਰਿਵਾਰ ਨੂੰ ਪਰਸੋਂ ਰੋਜ ਤੋਂ ਆਈਆਂ ਸਿੱਖ ਸੰਗਤਾਂ ਦੀ ਬੇਅੰਤ ਸੇਵਾ ਕੀਤੀ ਹੈ ਗੁਰੂ ਜੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਆਪ ਪਰਿਵਾਰ ਵੱਲੋਂ
बापू जय अमर सिंह नमित सारे परिवार वालों की 11,000 रुपया आप गुरु घर दिया बन दिया इमारतों वास्ते पहुंचा है माया इस भंडारे भरपूर करने काल कंड का दुर्गन इस टैम संगत वालों परिवारों ने यह अरदासा मिल गया बापू जय अमर सिंह की रूह आन जान के चक्कर तो बचा के गुरु जी सचखंड का वासी बनाना दे पिछले परिवार के सिर ते गुरु जी मेहर परे हाथ रखन कृपा करो दरगाही उपचुना की सात संग जी नादरो नदरी निहाल करो सही प्यारे मेल जिन्हों ने मिलया आप जी का नाम जित आवे नानक नाम तेरे भाने सुरबत वाहिगुरु जी का खालसा गुरु ग्रंथ जी मान्या जो ब्रह्म को मिल जाए को जा राज करेगा खालसा सा मिलेगी श्रद्धा कर सेम दे गुरु पुले ਕੱਲੇ ਵਾਲੇ ਨਾਨਕਾ ਸੱਜੇ ਬਜਾਏ ਤਮਾਮ ਅੱਖਾਂ ਸਾਹਿਬ
ਬਹੁਤ ਸਤਿਕਾਰਯੋਗ ਬਜ਼ੁਰਗ ਬਾਪੂ ਜੈਮਲ ਸਿੰਘ ਜੀ, ਜੋ ਪਿਛਲੇ ਤਿੰਨ ਪਰਿਵਾਰ ਨੂੰ ਨਗਰ ਨੂੰ ਆਪਾਂ ਸਭ ਨੂੰ ਵਿਛੋੜਾ ਦੇ ਗਏ। ਬਹੁਤ ਹੀ ਵਧੀਆ ਪਰਿਵਾਰ ਜੋ ਸਾਡੇ ਸਮਾਜ ਦੀਆਂ ਇਲਾਕੇ ਦੀਆਂ ਉਹ ਆਪਣੀਆਂ ਪੁਰਾਣੀਆਂ ਨਿਸ਼ਾਨੀਆਂ ਅਤੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਦੇਸ਼ ਦੀ 1947 ਦੀ ਵੰਡ ਦਾ ਸੰਤਾਪ ਆਪਣੇ ਪਿੰਡ 'ਤੇ ਹੰਢਾਇਆ, ਉਹ ਸਮੇਂ ਦੇਖੇ ਅਤੇ ਇਹਨਾਂ ਨਗਰਾਂ ਜਾ ਕੇ ਫਿਰ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਕੇ ਅਤੇ ਅੱਜ ਇਹ ਸਮਾਜ ਨੂੰ ਇੱਥੋਂ ਤੱਕ ਬਲਗਿਆਂ 'ਤੇ ਪਹੁੰਚਾਇਆ। ਇਹ ਸਭ ਉਹਨਾਂ ਬਜ਼ੁਰਗਾਂ ਦੀ ਦੇਣ ਜੋ ਆਪਾਂ ਅੱਜ ਦੇ ਗੁਣਾ ਰਹੇ ਆਜ਼ਾਦੀ ਦਾ ਅਤੇ ਉਹਨਾਂ ਪੁਰਾਣੇ ਬਜ਼ੁਰਗਾਂ ਦੀਆਂ ਭਾਵਨਾਵਾਂ ਅਤੇ ਆਪਾਂ ਆਜ਼ਾਦੀ ਵਿੱਚ ਸਾਹ ਲੈ ਰਹੇ ਹਾਂ। ਅੱਜ ਉਹਨਾਂ ਦੇ ਭੋਗ ਦੇ ਮੌਕੇ 'ਤੇ ਬਹੁਤ ਵੱਡੀ ਗਿਣਤੀ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਬਾਪੂ ਜੈਮਲ ਸਿੰਘ ਜੀ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਹੀ ਬੜੇ ਦੂਰ ਦੁਰਾਡੇ ਤੋਂ ਇਲਾਕੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ ਸਾਰੇ ਇਲਾਕੇ 'ਚੋਂ ਭਗਵੰਤੇ ਸੱਜਣ ਦੇ ਉੱਤੇ ਪਹੁੰਚੇ ਨੇ। ਸਾਰਿਆਂ ਨੂੰ ਸਮਾਂ ਦੇਣਾ ਬੜਾ ਮੁਸ਼ਕਲ ਹੈ, ਇਸ ਕਰਕੇ ਮੈਂ ਮਾਫ਼ੀ ਚਾਹਾਂਗਾ। ਸਿਰਫ ਦੋ ਹੀ ਬੁਲਾਰਿਆਂ ਨੂੰ ਜੋ ਪਰਿਵਾਰ ਨੂੰ ਹੁਕਮ ਹੋਇਆ ਉਹ ਬੁਲਾਇਆ ਜਾਏਗਾ, ਕਿਉਂਕਿ ਇਹ ਪਰਿਵਾਰ ਇਲਾਕੇ ਦਾ ਬਹੁਤ ਹੀ ਜਾਣਿਆ ਪਛਾਣਿਆ। ਬਾਪੂ ਜੀ ਦੇ ਵੱਡੇ ਪੁੱਤਰ ਸਰ ਮਹਿੰਗਾ ਸਿੰਘ ਜੀ, ਜਿਨ੍ਹਾਂ ਨੇ ਪਬਲਿਕ ਕਾਲਜ ਸੋਹਾਣਾ ਵਿਖੇ ਬਤੌਰ ਸੇਵਾ ਨਿਭਾਈ, ਛੋਟੇ ਸਾਹਿਬ ਰੁਪਿੰਦਰ ਸਿੰਘ ਜੋ ਮਾਸਟਰ ਕਮੇਟੀ ਸੋਹਾਣਾ ਦੇ ਚੇਅਰਮੈਨ ਵੀ ਰਹੇ, ਨਗਰ ਦੇ ਸਰਪੰਚੀ ਸੇਵਾ ਵੀ ਕੀਤੀ, ਅੱਜ ਕੱਲ੍ਹ ਉਹ ਬਲਾਲ ਕਾਂਗਰਸ ਕਮੇਟੀ ਦੇ ਸੋਹਾਣੇ ਦੇ ਪ੍ਰਧਾਨ ਹਨ। ਬੇਟਾ ਸਤਵਿੰਦਰ ਜਿਹਨੂੰ ਪਿਆਰ ਨਾਲ ਬਿੱਲਾ ਕਹਿੰਦਾ, ਨਗਰ ਦੀ ਸਰਪੰਚੀ ਦੀ ਸੇਵਾ ਨਿਭਾ ਰਿਹਾ, ਸਾਰਾ ਹੀ ਪਰਿਵਾਰ ਸੇਵਾ ਨੂੰ ਸਮਰਪਿਤ ਆਪਣੇ ਨਗਰ ਇਲਾਕੇ ਦੀ ਸੇਵਾ 'ਚ ਲੱਗੇ ਹੋਏ ਨੇ। ਇਸ ਮੌਕੇ 'ਤੇ ਸਰ ਨਰਿੰਦਰ ਸਿੰਘ ਜੈਕ ਸਾਹਿਬ ਐਮ ਐਲ ਏ ਸਤਰਾਣਾ, ਸਰ ਇੰਦਰਪਾਲ ਸਿੰਘ ਜੀ ਹੈਰੀਪਾ, ਸਾਬਕਾ ਸੁਚਾਰ ਕਿਸ਼ਨ ਪੰਜਾਬ ਜਨਰਲ ਸੈਕਟਰੀ ਪੰਜਾਬ ਪੇਡ ਕਾਂਗਰਸ ਕਮੇਟੀ, ਭੈਣ ਬਸੰਤ ਕੌਰ ਜੀ ਬਰਾਲਾ, ਸ਼੍ਰੀ ਕਪੂਰ ਚੰਦ ਜੀ ਬਾਂਸਲ, ਪ੍ਰਧਾਨ ਨਗਰ ਕੌਂਸਲ ਸਮਾਣਾ ਅਸ਼ੋਕ ਮੋਦਕਰ ਜੀ, ਸਾਬਕਾ ਚੇਅਰਮੈਨ ਅਬਦੁਲਵੰਦਰ ਸਮਾਣਾ, ਸਰ ਇੰਦਰ ਸਿੰਘ ਜੀ ਸਕੱਤਰ ਪੰਜਾਬ ਪ੍ਰੈਸ ਕਾਂਗਰਸ ਕਮੇਟੀ ਅਤੇ ਬਹੁਤ ਸਾਰੀਆਂ ਸਖੀਜ਼ਾਂ ਪਹੁੰਚੀਆਂ ਨੇ। ਮੈਂ ਨਾਮ ਸਮਝ ਜਾਣਦਾ ਪਰੰਤੂ ਸਮਾਂ ਬਹੁਤ ਲੱਗ ਜਾਏਗਾ। ਮੈਂ ਹੁਣ ਬੇਨਤੀ ਕਰਦਾ ਸਰ ਸੁਖਜੀਤ ਸਿੰਘ ਜੀ ਰੱਖੜਾ, ਕੈਬਨਿਟ ਮੰਤਰੀ ਪੰਜਾਬ ਸਰਕਾਰ, ਉਹ ਆ ਕੇ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਰੱਖਦਾ ਸਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲੇ ਵਾਲੇ ਨਾਨਕਾ ਸੱਜੇ ਉੱਠ ਜਾਏਗੇ ਮਹਾਂ ਬਾਪ ਅਨੁਸਾਰ ਹਰ ਇਨਸਾਨ ਉਸ ਪਰਮਾਤਮਾ ਚ ਵਾਹਿਗੁਰੂ ਦੇ ਹੁਕਮ ਅਨੁਸਾਰ ਦੁਨੀਆਂ ਦੇ ਵਿੱਚ ਆਉਂਦਾ ਹੈ, ਉਹ ਹੁਕਮ ਅਨੁਸਾਰ ਦੁਨੀਆਂ ਚਲੇ ਜਾਂਦੇ। ਪਰ ਕਈ ਇਨਸਾਨ ਦੁਨੀਆਂ ਦੇ ਵਿੱਚ ਆ ਕੇ ਇੰਨੇ ਚੰਗੇ ਕੰਮ ਕਰਦੇ ਨੇ, ਇੰਨੇ ਵਧੀਆ ਕੰਮ ਕਰਦੇ ਨੇ, ਇੱਕ ਸੇਧ ਦੇ ਕੇ ਜਾਂਦੇ ਨੇ, ਉਹ ਇਨਸਾਨ ਕਦੇ ਮਰਦੇ ਨੇ, ਹਮੇਸ਼ਾ ਅਮਰ ਰਹਿੰਦੇ ਨੇ। ਉਹਨਾਂ ਦੇ ਪਾਏ ਹੋਏ ਕੁੰਡੇ ਚੱਲ ਕੇ ਅਸੀਂ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਹਾਂ, ਇੱਕ ਵਧੀਆ ਸੇਧ ਦਿੰਦੇ ਹਾਂ। ਅੱਜ ਅਸੀਂ ਬਾਪੂ ਜੈਮਲ ਸਿੰਘ ਹੋਣਾ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਠੇ ਹੋਏ ਹਾਂ। ਜੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਚਾਰਜ ਮਾਰੀਏ ਤਾਂ ਬਹੁਤ ਹੀ ਮੈਂ ਸਮਝਦਾ ਕਿ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ, ਗੁਰਸਿੱਖੀ ਦਾ ਜੀਵਨ ਬਹੁਤ ਔਖੇ ਸਮੇਂ ਦੇ ਵਿੱਚੋਂ ਨਿਕਲ ਕੇ ਆਏ, ਪਰ ਇੰਨੀ ਮਿਹਨਤ ਕੀਤੀ, ਇੰਨੀ ਇਮਾਨਦਾਰੀ ਨਾਲ ਕੰਮ ਕੀਤਾ, ਅੱਜ ਉਹਨਾਂ ਦਾ ਨਾਮ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਮਾਣ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਇੰਜੀ ਨੇ ਅੱਗੋਂ ਪੰਜੇ ਭਰਾਵਾਂ ਨੇ ਬਹੁਤ ਉਹ ਸਿਹਤ ਦੇ ਉੱਤੇ ਚੱਲ ਕੇ, ਉਸੇ ਤਰ੍ਹਾਂ ਉਹਨਾਂ ਦੇ ਪਦ ਕਦਮ ਉੱਤੇ ਚੱਲ ਕੇ ਇੱਕ ਚੰਗੀ ਜ਼ਿੰਦਗੀ ਜੀ ਰਹੇ ਨੇ, ਆਪਣੇ ਸਮਾਜ ਨੂੰ ਲੀਡ ਦੇ ਰਹੇ ਨੇ। ਜਿਸਦੇ ਵੱਡੇ ਭਰਾ ਕਾਂਗਰਸ ਦੇ ਪ੍ਰਧਾਨ ਨੇ, ਛੋਟਾ ਭਰਾ ਪਿੰਡ ਦੀ ਸਰਪੰਚੀ, ਸਰਪੰਚੀ ਦੇ ਵਿੱਚ ਵੀ ਪੂਰੀ ਡਿਵੈਲਪਮੈਂਟ ਪੂਰੀ ਤਰੱਕੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਕਿਤੇ ਪਿੰਡ ਦੇ ਵਿੱਚ ਆਈਦਾ ਦੇਖੀਦਾ ਹਰ ਵਾਰ ਪਿੰਡ ਵੱਲ ਲਿਆਉਂਦਾ, ਸੋ ਬਹੁਤ ਇਮਾਨਦਾਰੀ ਅਤੇ ਦਿਆਨਦਾਰੀ ਦੇ ਨਾਲ ਕੰਮ ਕਰਦੇ ਨੇ। ਮੈਂ ਸਮਝਦਾ ਕਿ ਇਸ ਪਰਿਵਾਰ ਦੀ ਇੰਨੀ ਤਰੱਕੀ ਕਰਨਾ, ਇੰਨਾ ਵਧਣਾ, ਇਹ ਬਜ਼ੁਰਗਾਂ ਦੀ ਦਿੱਤੀ ਹੋਈ ਸਿੱਖਿਆ, ਉਹ ਸਿੱਖਿਆ ਦੇ ਉੱਤੇ ਚੱਲ ਕੇ ਇਹ ਪਰਿਵਾਰ ਨੇ ਬਹੁਤ ਵੱਡਾ ਨਾਂ ਕਮਾਇਆ। ਅੱਜ ਗੱਲ ਕਰਨ ਲੱਗੀ ਤਾਂ ਇਹ
लाइट हाउस दिता चन बना दिता सनसेट लेके गए ने। सो बहुत कुछ बोला जा सकता है, बहुत कुछ कहा जा सकता है, पर समा इजाजत नहीं देता। आज तो असी गुरुओं के बहनों के परमात्मा के यही अरदास करते रहे हैं, हे वैर सच्चे पातशाह उस मित्र आत्मा साढ़े निकले सज्जन अपने चरणों के निवास बख्शी, सानू सारे भाणा मनने का बल बख्शी, क्योंकि भाणा मनना भी बड़ा औखा है। यह भी गुरु महाराज का सच्चे पातशाह का उठ आशा लेके मनाया जा सकता है। इन्ना कहना हुए अपन दिल दिया गहराइया तो शरदा के कुल भेट करना। बहुत बहुत धन्यवाद। वाहगुरु जी का खालसा वाहगुरु जी। इस मौके से बहुत शिक्षा पहुंचिया ने, जिन्होंने सरदार सुरेंद्र सिंह जी खेड़की, रवेश कटाला जी ब्लॉक कांग्रेस कमेटी जो पछावा ब्लॉक के ने, मंगत सिंह जी घग्गा, शाह रजिंदर सिंह जी मूनखेड़ा, बिल सिंह जी पप्पी, सुदर्शन मित्तल जी समाणे तो, साढ़े राजू एम सी जी, गोपाल शर्मा जी एम सी समाणे तो, विजय अग्रवाल जी, तो बहुत शिक्षा पहुंचिया ने, क्योंकि नाम से सारे लगे तो बहुत ज्यादा समय लग जाएगा। इस करके मैं सब तो जो ना लेगा मैं अमरजीत जी पादल कमेटी ने सारे तो माफी चाहता हो, मैं बेनती करा सब बहुत सत्कार जो महाराणी प्रदीप कौर जी वो आके बापू जी को श्रद्धा के मूल भेंट करे, परिवार वालों आज भी संगत का धन्यवाद भी करे। महाराणी प्रदीप कौर जी सबका देश राजमंत्री भारत सरकार अंतम अरदास शामिल है, इस परिवार के नाल इन्हां दे दुख दे विच शामिल है और अपने शरदा दे फुल भेट करन लई शामिल है। मैं अपने वालों रणिंदर वालों महाराजा साहब वालों और अपनी पार्टी वालों इस परिवार के नाल दुख दे विच शामिल है। बापू जी ने बहुत लंबी उम्र भोगी, बहुत वधिया उम्र भोगी, ये सारिया नूं पता है। और अज ये सबूत है कि सारे जिहड़ी संगत इन्नी वड्डी तादाद दे विच इकट्ठी हुई है वो अपने बापू जी दे कीते हुए कमां नूं देख के उन्हां दा परिवार, उन्हां दे बेटे लखविंदर और उन्हां दे भाई जिन्हां ने समाज की सेवा की है कर रहे ने और सियासी दौर दे विच भी अपना नाम बनाया है, और इन्हां दीआं भैणां बीबी जी ये सारे जिहड़े जीवन ने इन्हां दे नाल इस दुख दे विच असीं सारे शामिल हैं। मैं वाहिगुरू अग्गे अरदास करदी हां कि इसी तरीके दे नाल इस वधिया परिवार नूं वधिया रस्ते चलन, सुख शांति मिले, बेहद भरिया हाथ धरना और समाज और अपनी पार्टी की ये सेवा करते रहें। इन्हां शब्दां दे नाल मैं जयमल सिंह जी नूं शरदा दे फुल भेंट करदी हां और आस रखनी है कि वाहेगुरू इन्हां नूं अपने चरणों च नवाजन और बाकी जिहड़ा परिवार है इन्हां नूं पाणा मन्नण दी ताकत दे और मेहर भरिया हाथ धरन इन्हां दे सिरां ते। वाहेगुरू जी का खालसा वाहेगुरू जी। सारे परिवार वालों आई हुई संगत का दिलों धन्यवाद कि तुसीं इन्हां दी दुख दी घड़ी दे विच आए हैं और अज जयमल सिंह जी नूं अपने शरदा दे फुल भेंट कीते ने। वाहेगुरू जी का खालसा वाहेगुरू जी। साढ़े च पहुंचे ने जहाज रजिंद्र सिंह जी, फतेहगढ़ छन्ना, आजाद रविंद्र सिंह जी धनौरी, लागे जामनी वाले तो, सरदार सुखविंदर सिंह जी म्यार, बहुत संगतं पहुंचिया ने, परिवार वाले पूरा फिर सारे संगत का बहुत धन्यवाद। हुण गुरु की देख वरते ही देख लैण पर जिन्हां गुरु का लंगर दे छकिया सब ने लंगर छक के जान दी।
Thank you.